ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਬੀਏ ਫਰਸਟ ਸੈਮੈਸਟਰ ਫਰਸਟ ਦੇ ਇੰਗਲਿਸ਼ ਦੇ ਲਈ ਜੋ ਚੈਪਟਰ ਨੰਬਰ 10 ਹੈ ਡਸਕ ਇਸ ਦਾ ਜਿਹੜੇ ਕਿ ਸ਼ਾਰਟ ਕੁਐਸਚਨ ਬਹੁਤ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ ਬਹੁਤ ਵਾਰ ਰਿਪੀਟ ਹੋਇਆ ਕਿਉਂਕਿ ਜਿਵੇਂ ਆਪਾਂ ਨੇ ਪਹਿਲਾਂ ਜਿਹੜੇ ਪ੍ਰੀਵੀਅਸ ਇਗਜ਼ਾਮ ਸੀ ਉਹ ਅਪਲੋਡ ਕੀਤੇ ਸੀ ਤੁਸੀਂ ਵੀ ਦੇਖਿਆ ਹੋਣਾ ਕਿ ਉਹਦੇ ਵਿੱਚ ਡਸਕ ਵਾਲੇ ਚੈਪਟਰ ਚੋਂ ਸ਼ਾਰਟ ਕੁਐਸਚਨ ਆ ਜਿਹੜੇ ਕਿ ਬਹੁਤ ਵਾਰ ਰਿਪੀਟ ਹੋਇਆ ਹੋਇਆ ਥੈਟ ਇਜ਼ ਵੇ ਸ਼ਾਰਟ ਕੁਐਸਚਨਸ ਦੇ ਲਈ ਇੰਪੋਰਟੈਂ ਸੋ ਆਪਾਂ ਇਹ ਕੁਐਸਚਨ ਇਹਦੇ ਵਿੱਚ ਕਰਦੇ ਆਂ ਵੀਡੀਓ ਦੇ ਵਿੱਚ ਇਸ ਦੀ ਪੰਜਾਬੀ ਸਮਝਾ ਕੇ ਤੁਹਾਨੂੰ ਕਰਵਾ ਰਹੀ ਆਂ ਸੋ ਵੈਸੇ ਇਹਦੇ ਵਿੱਚ ਹੈ ਕਿ ਅਸਲ ਦੇ ਵਿੱਚ ਇਹਦੇ ਵਿੱਚ ਡਸਕ ਸਟੋਰੀ ਦੇ ਵਿੱਚ ਅ ਅਸਲ ਦੇ ਵਿੱਚ ਇਹ ਸਟੋਰੀ ਹੈ ਜਿਹੜੀ ਕਿ ਸਟਾਰਟ ਕਿਵੇਂ ਹੁੰਦੀ ਹੈ ਇੱਕ ਜਿਹੜਾ ਆਦਮੀ ਆ ਜੋ ਬੈਂਚ ਤੇ ਬੈਠਾ ਹੁੰਦਾ ਸ਼ਾਮ ਦੇ ਹਨੇਰੇ ਦੇ ਵਿੱਚ ਮਤਲਬ ਕਿ ਸਾਂਝ ਦਾ ਟਾਈਮ ਜਦ ਹੁੰਦਾ ਹਨੇਰਾ ਜਾਂ ਉਸ ਟਾਈਮ ਦੇ ਵਿੱਚ ਬੈਠਾ ਹੁੰਦਾ ਉਹ ਜਿਹੜਾ ਕਿ ਮੇਨਸ ਕੈਰੈਕਟਰਾਈਜ਼ ਚੈਪਟਰ ਦੇ ਵਿੱਚ ਉਹ ਨਾਰਮਨ ਗਾਟਰਸ ਵੀ ਉਹੀ ਜਿਹੜੇ ਕਿ ਉੱਥੇ ਬੈਂਚ ਤੇ ਬੈਠਾ ਹੁੰਦਾ ਦੈਨ ਜਿਹੜੇ ਕਿ ਉਹਨੂੰ ਇਹ ਅੰਦਾਜ਼ਾ ਹੁੰਦਾ ਹੈ ਕਿ ਵੀ ਜਿਹੜੇ ਕਿ ਅਸਲ ਦੇ ਵਿੱਚ ਉਹਦਾ ਜਿਹੜਾ ਬੈਕਗ੍ਰਾਉਂਡ ਆ ਉਹਦੇ ਵਿੱਚ ਉਹ ਪਿਆਰ ਦੇ ਵਿੱਚ ਜਿਹੜੇ ਕਿ ਜਾਦੇ ਸਕਸੈਸ ਨਹੀਂ ਹੋਇਆ ਹੋਣਾ ਹੁੰਦਾ ਜਿਸ ਕਰਕੇ ਉਹਨੂੰ ਇਹ ਲੱਗਦਾ ਕਿ ਸ਼ਾਮ ਦੇ ਨੇਰੇ ਦੇ ਵਿੱਚ ਜਿਹੜੇ ਕਿ ਜੋ ਵੀ ਬਾਹਰ ਆਉਂਦੇ ਨੇ ਉਹ ਹਮੇਸ਼ਾ ਹਾਰੇ ਹੋਏ ਤੇ ਟੁੱਟੇ ਹੋਏ ਜਿੰਨਾਂ ਵਾਲੇ ਹੁੰਦੇ ਨੇ ਹਾਰੇ ਟੁੱਟੇ ਦਿਲਾਂ ਵਾਲੇ ਜਿਹੜੇ ਕਿ ਆਦਮੀ ਮੰਨਦਾ ਉਹ ਵੀ ਜਿਹੜੇ ਵੀ ਸ਼ਾਮ ਨੂੰ ਜਿਹੜੇ ਕਿ ਬਾਹਰ ਹੁੰਦੇ ਨੇ ਤਾਂ ਉਹ ਸਾਰਿਆਂ ਨਾਲ ਉਹਨਾਂ ਨਾਲ ਬੈਠਣਾ ਜਿਹੜੇ ਕਿ ਪਸੰਦ ਕਰਦਾ ਤਾਂ ਗਾਟਰਸ ਵੀ ਦੇ ਜਿਹੜੇ ਕਿ ਨਾਲ ਲੱਗ ਇੱਕ ਗੰਭੀਰਤਾ ਵਾਲਾ ਇੱਕ ਬਜ਼ੁਰਗ ਵੱਡੀ ਉਮਰ ਦਾ ਬੈਠਾ ਹੁੰਦਾ ਪਰ ਉਹ ਜਿਹੜਾ ਦਿਲ ਤੋਂ ਜਿਹੜਾ ਮਾਉਸ ਹੁੰਦਾ ਮਤਲਬ ਕਿ ਉੱਪਾ ਕਹਿ ਸਕਦੇ ਹੋ ਉਦਾਸ ਹੁੰਦਾ ਜਦੋਂ ਚਲਾ ਜਾਂਦਾ ਦੈਨ ਉਸ ਤੋਂ ਬਾਅਦ ਜਦ ਹੀ ਇੱਕ ਜਿਹੜਾ ਕਿ ਨੌਜਵਾਨ ਆਉਂਦਾ ਤੇ ਨੌਜਵਾਨਾ ਜਿਹੜੇ ਕਿ ਬਹੁਤ ਹੀ ਚਿੜਚਿੜੇ ਜਿਹਾ ਸੁਆਦਾ ਹੁੰਦਾ ਮਤਲਬ ਕਿ ਉਹ ਤੋਂ ਦੇਖਣ ਨੂੰ ਲੱਗਦਾ ਕਿ ਇਹ ਬੜੇ ਕਾਲੀ ਦੀ ਚੀਜ਼ 'ਚ ਬੈਠ ਕੇ ਜਦੋਂ ਬੈਠਦਾ ਮਤਲਬ ਕਿ ਕੁਝ ਨਾ ਕੁਝ ਬੜ ਬਣਾਉਂਦਾ ਤਾਂ ਜਿਹੜਾ ਗਾਟਰਸ ਵੀ ਹੈ ਤਾਂ ਉਹਨੂੰ ਲੱਗਦਾ ਹੈ ਕਿ ਉਹਦੇ ਮਨ ਦੇ ਵਿੱਚ ਹੁੰਦਾ ਕਿ ਇਸ ਜਿਹੜਾ ਜੰਗ ਹੈ ਨੌਜਵਾਨ ਇਸ ਤੋਂ ਪੁੱਛੇ ਕਿ ਉਹ ਐਵੇਂ ਕਿਉਂ ਕਰ ਰਿਹਾ ਤੇ ਕਿਉਂ ਐਵੇਂ ਕਰ ਰਿਹਾ ਹੈ ਕਿਉਂ ਬੜਬੜਾ ਰਿਹਾ ਉਹਨੂੰ ਕੀ ਇਹ ਜਹਾ ਹੋਇਆ ਤਾਂ ਉਹਦੇ ਮਨ ਦੇ ਵਿੱਚ ਡਾਊਟ ਆ ਤਾਂ ਉਹ ਜਦੋਂ ਉਹਨੂੰ ਗੱਲਾਂ ਦੇ ਵਿੱਚ ਲੱਗਦਾ ਤਾਂ ਗੱਲਾਂਬਾਤ ਦੇ ਵਿੱਚ ਲੱਗਦਾ ਤਾਂ ਉਹ ਦੱਸਦਾ ਕਿ ਉਹ ਜਿਹੜੇ ਕਿ ਵਰਕ ਸ਼ਾਇਰ ਸਕੁਅਰ ਵਿਕੇ 호텔 ਦੇ ਵਿੱਚ ਰਹਿਣ ਲਈ ਆਇਆ ਸੀ ਪਰ ਉਹਨੂੰ ਉੱਥੇ ਜਿਹੜੇ ਕਿ ਉਹ 호텔 ਟਾ ਕੇ ਇੱਥੇ ਥੀਏਟਰ ਬਣ ਗਿਆ ਤਾਂ ਕਿਸੇ ਹੋਰ ਹੋਟਲ ਦੇ ਵਿੱਚ ਮਨ ਦੇ ਵਿੱਚ ਉਹਦੇ ਵਿਚਾਰ ਸੀ ਕਿ ਹੋਰ ਹੋਟਲ ਦੇ ਵਿੱਚ ਜਾ ਕੇ ਠਹਿਰੇ ਬਟ ਉਹ ਆਪਣੇ ਘਰ ਦੇ ਨੂੰ ਜਦੋਂ ਚਿੱਠੀ ਲਿਖ ਰਿਹਾ ਸੀ ਤਾਂ ਨਾਲ ਦੀ ਨਾਲ ਜਿਹੜੇ ਕਿ ਉਹਨੇ ਜਿਹੜੇ ਕਿ ਸਾਬਣ ਸਾਬਣ ਉਹ ਭੁੱਲਿਆ ਸੀ ਲੈ ਕੇ ਆਉਣ ਲਈ ਕਿਉਂਕਿ ਉਹਨੂੰ ਹੋਟਲ ਦੇ ਸਾਬਣ ਦੇ ਨਾਲ ਨਫ਼ਰਤ ਉਹਨੂੰ ਵਧਿਆਨ ਲੱਗਦੇ ਤੇ ਸਾਬਣ ਖਰੀਦਣ ਲਈ ਉਹ ਜਾਂਦਾ ਤਾਂ ਪਰ ਉਹ ਜਿਹੜੇ ਕਿ ਰਸਤੇ ਦੇ ਵਿੱਚ ਉਹਨੇ ਥੋੜੀ ਬਹੁਤੀ ਪੀਲਾਂ ਦਾ ਜਿਹਦੇ ਨਾਲ ਉਹ ਜਿਹੜੇ ਕਿ ਆਪਣਾ ਹੋਟਲ ਦਾ ਐਡਰੈਸ ਹੀ ਭੁੱਲ ਜਾਂਦਾ ਤਾਂ ਉਹ ਫਿਰ ਉਹ ਦੱਸਦਾ ਕਿ ਉਹਦੇ ਕੋਲ ਜਿਹੜੇ ਕਿ ਹੁਣ ਸਾਬਣ ਲਈ ਪੈਸੇ ਵੀ ਨਹੀਂ ਠੀਕ ਹੈ ਇਹ ਸਾਰੇ ਚੀਜ਼ਾਂ ਉਹ ਮਤਲਬ ਕਿ ਗਾਰਡਰਸ ਵੀ ਨੂੰ ਦੱਸਦਾ ਤਾਂ ਨਾਲ ਦੀ ਨਾਲ ਇਹ ਕਹਿੰਦਾ ਕਿ ਵੀ ਹੁਣ ਉਹਨੂੰ ਜਿਹੜੇ ਕਿ ਉਹਦੇ ਕੋਲ ਜਾਣ ਲਈ ਕਿਤੇ ਪੈਸੇ ਵੀ ਨਹੀਂ ਹੈ ਤਾਂ ਉਹਨੂੰ ਸਾਰੀ ਰਾਤ ਜਿਹੜੇ ਕਿ ਬਾਜ਼ਾਰ ਦੇ ਵਿੱਚ ਹੀ ਬਤੀਤ ਕਰਨੀ ਪਊਗੀ ਮਜਬੂਰੀ ਦੇ ਵਿੱਚ ਜੇ ਉਹਦੀ ਕਿਸੇ ਨੇ ਮਦਦ ਨਾ ਕੀਤੀ ਫਿਰ ਨਾਲ ਦੀ ਨਾਲ ਆ ਜਿਹੜੇ ਕਿ ਗਾਰਡਰਸ ਵੀ ਕਹਿੰਦਾ ਵੀ ਉਹਦੇ ਨਾਲ ਵੀ ਇੱਕ ਵਾਰ ਵਿਦੇਸ਼ ਦੇ ਵਿੱਚ ਐਵੇਂ ਵਾਪਰੀ ਸੀ ਫਿਰ ਉਹੀ ਜਿਹੜਾ ਜੰਗਮੈਨ ਹੁੰਦਾ ਉਹ ਕਲੇਵਰ ਹੁੰਦਾ ਤੋਂ ਨਾਲ ਦੇ ਨਾਲ ਕਹਿੰਦਾ ਕਿ ਵਿਦੇਸ਼ ਦੇ ਵਿੱਚ ਤਾਂ ਜਿਹੜੇ ਕਿ ਸਫੀਰ ਦੇ ਕੋਲ ਜਾ ਕੇ ਮਦਦ ਲਈ ਜਾ ਸਕਦੀ ਹੈ ਤਾਂ ਇੱਥੇ ਕੋਈ ਵੀ ਬੰਦਾ ਮਦਦ ਨਹੀਂ ਕਰਦਾ ਤਾਂ ਉਹ ਇੱਥੇ ਨੂੰ ਕੋਈ ਵੀ ਪੈਸੇ ਉਧਾਰ ਨਹੀਂ ਦੇਊਗਾ ਮਾਫਿਰੋ ਗਾਟਰਸ ਵੀ ਕਹਿੰਦਾ ਵੀ ਜੇ ਉਹਨੇ پیسے ਉਧਾਰ ਜਿਹੜੇ ਕੀ ਦੇ ਦੂਗਾ ਪਰ ਉਹਨੂੰ ਉਹਦੇ ਸੱਚਾ ਵਿਓ ਸੱਚ ਬੋਲ ਰਿਹਾ ਉਹਦੇ ਲਈ ਉਹਨੂੰ ਸਬੂਤ ਦੇਣਾ ਪਊਗਾ ਉਹ ਸਾਬਨ ਜਿਹੜੇ ਕੀ ਦਿਖਾਉਣੇ ਹੋਗੇ ਪਰ ਉਹ ਸਾਬਨ ਨਹੀਂ ਦਿਖਾਉਂਦਾ ਤਾਂ ਉਹ ਉੱਥੋਂ ਚਲਾ ਜਾਂਦਾ ਤਾਂ ਜਦੋਂ ਚਲਾ ਜਾਂਦਾ ਤਾਂ ਗਾਟਰਸ ਵੀ ਕੀ ਦੇਖਦਾ ਕਿ ਉਸੇ ਬੈਂਚ ਤੇ ਸਾਬਨ ਦੀ ਟਿੱਕੀ ਪਈ ਹੁੰਦੀ ਆ ਤਾਂ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਕਿ ਉਹਨੇ ਮਦਦ ਨਹੀਂ ਕੀਤੀ ਉਹ ਤਾਂ ਸਬੂਤ ਮੰਗ ਰਿਹਾ ਸੀ ਤਾਂ ਉਹਨੂੰ ਲੱਗਦਾ ਕਿ ਇਹ ਸਾਬਨ ਦੀ ਟਿੱਕੀ ਉਸ ਨੌਜਵਾਨ ਦੀ ਆ ਤਾਂ ਉਹ ਉਹਨੂੰ ਫਿਰ ਲੱਭਣ ਦੀ ਕੋਸ਼ਿਸ਼ ਕਰਦਾ ਜਦੋਂ ਦੂਰ ਜਿਹੜੇ ਕਿ ਉਹਨੂੰ ਦੇਖਦਾ ਉਹ ਉੱਥੇ ਜਾ ਕੇ ਉਹਨੂੰ ਸਾਬਨ ਦੀ ਟਿੱਕੀ ਦੇ ਦਿੰਦਾ ਨਾਲ ਦੀ ਨਾਲ ਆ ਜਿਹੜੇ ਕਿ ਪੈਸੇ ਦੇ ਦਿੰਦਾ ਪਰ ਉਹ ਜਦੋਂ ਉਹ ਵਾਪਸ ਆ ਕੇ ਦੇਖਦਾ ਕਿ ਉਸੇ ਜਗ੍ਹਾ ਤੇ ਜਿੱਥੇ ਬੈਠੇ ਸੀ ਤਾਂ ਤੇ ਇੱਕ ਹੋਰ ਬਜ਼ੁਰਗ ਜਿਹੜੇ ਕਿ ਉਹ ਸਾਬਨ ਦੀ ਟਿੱਕੀ ਨੂੰ ਹੀ ਫਾਈਂਡ ਕਰ ਰਿਹਾ ਸੀ ਕੁਝ ਨਾ ਕੁਝ ਲੱਭ ਰਿਹਾ ਸੀ ਪੁੱਛਦਾ ਕਿ ਕੀ ਲੱਭ ਰਿਹਾ ਹੈ ਤਾਂ ਉਹ ਦੱਸਦਾ ਕਿ ਉਹ ਜਿਹੜੇ ਕਿ ਬੈਂਚ ਤੇ ਉਹਨੇ ਸਾਬਨ ਦੀ ਟਿੱਕੀ ਰੱਖੀ ਸੀ ਉਹ ਲੱਭ ਰਿਹਾ ਤਾਂ ਉਹਨੂੰ ਜਿਹੜਾ ਕਿ ਉਹ ਸਾਬਨ ਦੀ ਟਿੱਕੀ ਉਹਦੀ ਗਵਾਚ ਗਈ ਮਤਲਬ ਕਿ ਇਹ ਚੀਜ਼ ਤੇ ਉਹ ਹੋ ਰਾਣੋਂ ਹੁੰਦਾ ਕਿ ਉਹਨੇ ਤਾਂ ਉਹਦੀ ਮਦਦ ਕਰਤੀ ਇਸ ਚੀਜ਼ ਦਾ ਜਿਹੜੇ ਕੇਸ ਦੇ ਵਿੱਚ ਸਟੋਰੀ ਚ ਦੱਸਿਆ ਹੋਇਆ ਹੁਣ ਆਪਾਂ ਇਹੀ ਆਪਣੇ ਕੁਐਸਚਨ ਨੇ ਕੁਐਸਚਨ ਜਿਵੇਂ ਕਮੈਂਟ ਆਨ ਦਾ ਐਂਡਿੰਗ ਐਂਡ ਕੀ ਹੈ ਇਸ ਸਟੋਰੀ ਦਾ ਇਹਦੇ ਬਾਰੇ ਆ ਤੇ ਡਿਸਕਸ ਦਾ ਐਂਡਿੰਗ ਆਫ ਦਾ ਸਟੋਰੀ ਡਸਕਰ ਡਸਕਰ ਦੇ ਐਂਡਿੰਗ ਇਹ ਦੋਨੋਂ ਕੁਐਸਚਨ ਬਹੁਤ ਵਾਰ ਰਿਪੀਟ ਹੋਏ ਨੇ ਐਂਡਿੰਗ ਵਾਲੇ ਵਟ ਇਜ਼ ਅਨ ਰਿਟਰ ਡੂਇੰਗ ਇਨ ਦਾ ਪਾਰਕ ਅਨ ਰਿਟਰ ਪਾਰਕ ਦੇ ਵਿੱਚ ਕੀ ਕਰ ਰਿਹਾ ਸੀ ਹਾਊ ਡਸ ਹੀ ਹਾਊ ਡਸ ਹੀ ਮੀਟ देयर ਉੱਥੇ ਉਹ ਕਿਹਨੂੰ ਮਿਲਿਆ ਠੀਕ ਹੈ ਨਰੇਟਰ ਮਤਲਬ ਕਿ ਇਹ ਹੀ ਆਪਣਾ ਆ ਜੂਗਾ ਨੈਕਸਟ ਆ ਹਾ ਡਸ ਦਾ ਸਟੋਰੀ ਡਸਕ ਹੈਵ ਅ ਸਰਪ੍ਰਾਈਜ਼ ਔਰ ਸਿਟਿੰਗ ਇਨ ਦਾ ਟੇਲ ਐਂਡਿੰਗ ਮਤਲਬ ਕਿ ਇਹਦੇ ਵਿੱਚ ਐਂਡਿੰਗ ਦੇ ਵਿੱਚ ਕੀ ਸਰਪ੍ਰਾਈਜ਼ ਆ ਸਰਪ੍ਰਾਈਜ਼ ਇਹ ਹੀ ਆ ਕਿ ਚੱਕੇ ਸਾਬਾਂ ਦੇ ਟਿੱਕੇ ਉਹਨੂੰ ਦੇ ਆਉਂਦੇ ਜਦ ਕਿ ਉਹ ਤਾਂ ਇੱਕ ਬਜ਼ੁਰਗ ਦੀ ਹੁੰਦੀ ਹੈ ਕਿਸੇ ਹੋਰ ਦੀ ਹੁੰਦੀ ਹੈ ਤਾਂ ਹਾਊ ਡੂ ਯੂ ਥਿੰਕ ਦ ਨਰੇਟਰ ਫੈਲਟ ਵੈਨ ਦ 올ਡ ਮੈਨ ਸੈਡ ਥੈਟ ਹੀ ਵਾਸ ਲੁਕਿੰਗ ਫੋਰ ਅ ਕਿੱਕ ਆਫ ਸ਼ੇਪ ਸੋਪ ਤਾਂ ਤੁਸੀਂ ਕਹਿੰਨਾ ਕੀ ਸੋਚਦੇ ਹੋ ਵੀ ਕੀ ਨਰੇਟਰ ਮਹਿਸੂਸ ਕਰਦਾ ਵੀ ਜਦੋਂ ਜਿਹੜਾ ਕਿ ਬਜ਼ੁਰਗ ਕਹਿੰਦਾ ਉਹਨੂੰ ਕਿ ਉਹ ਸਾਬਨ ਦੇ ਟਿੱਕੇ ਲੱਭ ਰਿਹਾ ਹੁੰਦਾ ਅਗਰ ਇਸ ਦੀ ਥੀਮ ਆਉਂਦੀ ਹੈ ਤਾਂ ਵੀ ਤੁਸੀਂ ਇਹੀ ਆਨਸਰ ਲਿਖੋਗੇ ਸ਼ਾਰਟ ਦੇ ਵਿੱਚ ਹੀ ਆਉਂਦਾ ਲੌਂਗ ਦੇ ਵਿੱਚ ਪੋਸਿਬਿਲਟੀ ਨਹੀਂ ਹੈ ਮਤਲਬ ਕਿ ਬਟ 10% ਲਗਾ ਸਕਦੇ ਕਿ ਆ ਸਕਦਾ ਬਟ ਹੁਣ ਤੱਕ ਨਹੀਂ ਰਿਪੀਟ ਹੋਇਆ ਹੁਣ ਤੱਕ ਇਹ ਸ਼ਾਰਟ ਦੇ ਵਿੱਚ ਹੀ ਰਿਪੀਟ ਹੋਇਆ ਹੋਇਆ ਹਾਂਜੀ ਇਸ ਦੇ ਵਿੱਚ ਅਗਰੇ ਥੀਮ ਆਉਂਦੀ ਹੈ ਦੀ ਸ਼ਾਰਟ ਦੇ ਲਈ ਵੀ ਅਗਰ ਥੀਮ ਆਉਂਦੀ ਹੈ ਤਾਂ ਤੁਸੀਂ ਥੀਮ ਦੇ ਵਿੱਚ ਸਟਾਰਟਿੰਗ 'ਚ ਇਹ ਲਾਈਨ ਲਿਖਣੀ ਹੈ ਨਾ ਡਸਕ ਇਜ਼ ਦਾ ਵਨ ਆਫ ਸ਼ਾਕੀਜ਼ ਡਾਰਕਲੀ ਆਇਰੋਨਿਕ ਸਟੋਰੀਜ਼ ਸਟੋਰੀਜ਼ ਮਤਲਬ ਕਿ ਡਸਕ ਆ ਜਿਹੜੀ ਕਿ ਇਹਦੀ ਸ਼ਾਕੀ ਦੇ ਜਿਹੜੀ ਕਿ ਸਟੋਰੀਆਂ ਦੇ ਵਿੱਚੋਂ ਇੱਕ ਸਟੋਰੀ ਹੈ ਆਇਰੋਨਿਕ ਸਟੋਰੀਜ਼ ਹੁੰਦੇ ਹਨ ਮਤਲਬ ਕਿ ਗੂੜ ਵਿਅੰਗ ਭਰੀਆਂ ਜਿਨ੍ਹਾਂ ਵਿੱਚ ਵਿਅੰਗ ਹੁੰਦਾ ਠੀਕ ਹੈ ਦ ਥੀਮ ਇਜ਼ ਅਬਾਊਟ ਹਾਊ ਅ ਯੰਗ ਫੋਲੋ ਫੈਲੋ ਟ੍ਰਿਕਸ ਗੋਟ ਟੂ ਸੀ ਇਹਦੇ ਵਿੱਚ ਇਹੀ ਦੱਸਿਆ ਹੋਇਆ ਹੈ ਕਿ ਜਿਹੜਾ ਕਿ ਜੰਗ ਆਦਮੀ ਹੈ ਜਿਹੜਾ ਕਿ ਗੱਭਰੂ ਜਿਹੜਾ ਕਿ ਨੌਜਵਾਨ ਹੁੰਦਾ ਉਹ ਗੋਟਰਸ ਵੀ ਨੂੰ ਕਿਵੇਂ ਉਹਨੂੰ ਝੂਠ ਬੋਲ ਕੇ ਉਹ ਤਾਂ ਨਾਲੇ ਪੈਸੇ ਵੀ ਲੈ ਲੈਂਦਾ ਨਾਲੇ ਉਹਦੀ ਟਿੱਕੀ ਵੀ ਲੈ ਲੈਂਦਾ ਠੀਕ ਹੈ ਸਾਬਣ ਦੀ ਟਿੱਕੀ ਮਤਲਬ ਕਿ ਇੱਕ ਝੂਠ ਮੋਰ ਕੇ ਤਾਂ ਠੱਗੀ ਮਾਰਦਾ ਨਾਰਮਨ ਗੋਟਰਸ ਇਜ਼ ਦਾ ਮੇਨ ਕੈਰੈਕਟਰ ਆਫ ਦਾ ਸਟੋਰੀ ਤੇ ਨਾਰਮਨ ਜਿਹੜੇ ਕਿ ਗੋਟਰਸ ਵੀ ਉਹ ਇਸ ਦਾ ਥੀਮ ਦਾ ਇਸ ਸਟੋਰੀ ਦਾ ਮੇਨ ਕੈਰੈਕਟਰ ਹੈ ਦੈਨ ਇਸ ਦੇ ਵਿੱਚ ਫਿਰ ਤੁਸੀਂ ਇੱਥੋਂ ਐਡ ਐਡ ਕਰ ਲੈਣ ਅੱਗੇ ਨਾਰਮਲ ਗਾਰਡਰ ਸੀ ਵੀ ਔਨ ਅ ਬੈਂਚ ਇਨ ਦਾ ਪਾਰਕ ਉਹ ਬੈਂਚ ਤੇ ਬੈਠਾ ਸੀ ਜਿਹੜੇ ਪਾਰਕ ਦੇ ਵਿੱਚ ਇਟ ਵਾਸ ਸਮ 30 ਮਿੰਟਸ ਪਾਸਟ uh, 6 ਔਨ ਐਨ अर्ਲੀ ਮਾਰਚ ਈਵਨਿੰਗ ਮਾਰਚ ਦੀ ਮਤਲਬ ਕਿ ਈਵਨਿੰਗ ਦਾ ਟਾਈਮ ਸੀ ਇਸ ਦੇ ਵਿੱਚ ਹੋਇਆ ਸੀ 6:30 ਮਤਲਬ ਕਿ 6:30 ਵਜੇ ਐਂਡ ਡਸਕ ਹੈਡ ਫਾਲਨ ਹੈਵਲੀ ਓਵਰ ਦਾ ਸੀਨ ਮਤਲਬ ਕਿ ਹਨੇਰਾ ਜਿਹੜਾ ਕਿ 6:30 ਵਜੇ ਜਿੰਨਾ ਕੋ ਆਪਣਾ ਹੁੰਦਾ ਮੌਸਮ ਜ ਮਾਰਚ ਦੇ ਵਿੱਚ ਠੀਕ ਹੈ ਵੀ ਉਮੀਦਾਂ ਸੀ ਸੀਨ ਹਨੇਰਾ ਜਿਹੜਾ ਕਿ ਛਾ ਰਿਹਾ ਸੀ ਐਟ ਫਰਸਟ ਐਂਡ 올ਡ ਮੈਨ ਸੈਟ देयर ਓਨ ਦਾ ਸੇਮ ਬੈਂਚ ਉਸੇ ਬੈਂਚ ਤੇ ਜਿੱਥੇ ਨਾਰਮਨ ਗਟਰਸ ਵੀ ਬੈਠਾ ਸੀ ਨੋਟਰ ਬੈਠਾ ਸੀ ਉੱਥੇ ਜਿਹੜਾ ਕਿ ਆ ਕੇ ਉਹ ਪਲਾਂ ਬਜ਼ੁਰਗ ਆਦਮੀ ਬੈਠਾ ਗਾਰਡਰ ਸੇ ਵੀ ਜਜਡ ਹਿਮ ਟੂ ਵੀਅਰਡ ਡਿਫੈਕਟਡ ਮੈਨ ਤੋਨੇ ਕੀ ਅੰਦਾਜ਼ਾ ਲਗਾਇਆ ਕਿ ਇਹ ਜਿਹੜਾ ਪਰਸਨ ਹੈ ਇਹ ਸਹੀ ਨਹੀਂ ਹੈਗਾ ਆਫਟਰ ਦਾ 올ਡ ਮੈਨ ਹੈਡ ਲੈਫਟ ਜਦੋਂ 올ਡ ਮੈਨ ਚਲਾ ਗਿਆ ਅ ਅ ਯੰਗ ਮੈਨ ਕਮ ਐਂਡ ਟੁਕ ਹਿਸ ਸੀਟ ਤੇ ਜੰਗ ਆਦਮੀ ਆਉਂਦਾ ਤੇ ਉਥੇ ਸੀਟ ਤੇ ਬੈਠ ਜਾਂਦਾ ਹੀ ਵਾਸ ਐਂਗਰੀ ਵਿਦ ਹਿਮਸੈਲਫ ਉਹ ਆਪਣੇ ਆਪ ਤੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੈ he told quartersby that he had forgotten the name of the hotel where he had stayed oh dasda quartersby nu ki oh hotel da naam bhul gaya jithe oh rukya hoya si he had come out to buy some soap ta oh jehde ki kee lain bahar aaya si saban khareedan layi now he had no money and he needed help te hun ohde kol paisa nahi hai te hun ohnu madad chahidi hai quartersby didn't believe him because the young man could not produce shop as a proof ਤਾ ਗਾਟਰਸ ਵੀ ਜਿਹੜਾ ਕਿ ਉਹ ਤੇ ਬਲੀਵ ਨਹੀਂ ਕਰਦਾ ਕਿਉਂਕਿ ਉਹ ਜੰਗਮੈਨ ਜਿਹੜੇ ਕਿ ਉਹਨੂੰ ਦੱਸਦਾ ਕਿ ਉਹਨੂੰ ਕਹਿਣਾ ਹੁੰਦਾ ਸੀ ਕਿ ਤੂੰ ਮੈਨੂੰ ਸਬੂਤ ਦਿਖਾ ਕਿ ਤੂੰ ਸਾਬਨ ਦੇ ਟਿੱਕੀ ਲੈਣ ਬਾਹਰ ਆਇਆ ਬਟ ਉਹ ਉਹਨੂੰ ਨਹੀਂ ਦਿਖਾ ਸਕਦਾ ਦਾ ਜੰਗਮੈਨ ਲੈਫਟ ਦਾ ਪਲੇਸ ਤਾਂ ਫਿਰ ਉਹ ਜੰਗਮੈਨ ਆ ਜਿਹੜੇ ਕਿ ਨੌਜਵਾਨ ਆਪਣੀ ਜਗ੍ਹਾ ਛੱਡ ਕੇ ਉੱਥੋਂ ਚਲਾ ਜਾਂਦਾ ਸੂਨ ਆਫਟਰ ਗਾਟਰਸ ਵੀ ਆਲਸੋ ਗਾਟ ਅਪ ਅਪ ਟੂ ਅਪ ਟੂ ਗੋ ਤਾਂ ਜਿਹੜਾ ਕਿ ਉਹ ਵੀ ਗਾਟਰਸ ਵੀ ਉੱਥੋਂ ਚਲਾ ਜਾਂਦਾ ਵੈਨ ਹੀ ਸਾ ਅ ਸੋਪ ਕੈਕ ਅੰਡਰ ザ ਬੈਂਚ ਤਾਂ ਉਹ ਕੀ ਦੇਖਦਾ ਕਿ ਬੈਂਚ ਦੇ ਨੀਚੇ ਜਿਹੜੇ ਕਿ ਸਾਬਨ ਦੀ ਟਿੱਕੀ ਦਾ ਟੁਕੜਾ ਪਿਆ ਹੁੰਦਾ ਹੀ ਫੈਲਟ ਏਟ ਹੀ ਹੈਡ ਬੀਨ क्रੂਲ ਟੂ ਇਹਸ ਲਾਈਨ ਨੂੰ ਤੁਸੀਂ ਕੱਟ ਕੇ ਨਾ ਐਵੇਂ ਕਰ ਲਓ ਹੀ ਫੈਲਟ ਅਸ਼ੇਮਡ ਠੀਕ ਆ ਮਤਲਬ ਕਿ ਉਹ ਆਪਣੇ ਆਪ ਨੂੰ ਸ਼ਰਮਿੰਦਗੀ ਮਹਿਸੂਸ ਕਰਦਾ ਹੀ ਫੈਲਟ ਅਸ਼ੇਮਡ ਉਹ ਕਰ ਲਓ ਵੀ ਆਪਣੇ ਆਪ ਨੇ ਸ਼ਰਮਿੰਦਗੀ ਮਹਿਸੂਸ ਕਰਦਾ ਕਿ ਉਹਨੇ ਉਹਦੀ ਮਦਦ ਨਹੀਂ ਕੀਤੀ ਇਹਦੀ ਤਾਂ ਤੇ ਵੀ ਤੁਸੀਂ ਆਫਟਰ ਵਾਟਰਸ ਵੀ ਆਲਸੋ ਗਾਟ ਅਪ ਬਸ ਇਹਨਾਂ ਕਰ ਲਓ ਵੀ ਉਹ ਵੀ ਖੜਾ ਹੋ ਜਾਂਦਾ ਜਾਣ ਲਈ ਟੂ ਗੋ ਹੀ ਰੇਨ ਆਫਟਰ ਹਿਮ ਤਾਂ ਉਹਦੇ ਪਿੱਛੇ ਭਜਦਾ ਫਾਊਂਡ ਹਿਮ ਆਊਟ ਐਂਡ ਹੈਲਪਡ ਤਾਂ ਉਹਨੂੰ ਲੱਭਦਾ ਉਹ ਤੇ ਉਹਦੀ ਮਦਦ ਕਰ ਵਿੱਧਮਨੀ ਪੈਸੇ ਦੇ ਨਾਲ ਵੈਨ ਹੀ ਰਿਟਰਨ ਟੂ ਦਾ ਬੈਂਚ ਤਾਂ ਉਹ ਜਦੋਂ ਬੈਂਚ ਤੇ ਵਾਪਸ ਆਉਂਦਾ ਹੀ ਸਾ ਦਾ ਅਰਲੀਅਰ 올ਡ ਮੈਨ ਸਰਚਿੰਗ ਫੋਰ ਸਮਥਿੰਗ ਅੰਡਰ ਦਾ ਬੈਂਚ ਤਾਂ ਉਹ ਦੇਖਦਾ ਕਿ ਉਹ ਪਹਿਲਾਂ ਵਾਲੇ ਹੀ ਬਜ਼ੁਰਗ ਆ ਜਿਹੜੇ ਕਿ ਕੁਛ ਨਾ ਕੁਛ ਲੱਭ ਰਿਆ ਹੁੰਦਾ ਉਹਦੇ ਬੈਂਚ ਦੇ نیچے ਹੀ ਸੈਡ ਥੈਟ ਹੀ ਹੈਡ ਲੋਸਟ ਹੀ ਸਟੋਪ ਤਾਂ ਉਹ ਦੱਸਦਾ ਬਜ਼ੁਰਗ ਕਿ ਉਹ ਉਹਦੀ ਸਾਬਾਂ ਦੇ ਟਿੱਕੇ ਜਿਹੜੇ ਕਿ ਗਵਾ ਚ ਗਈ ਉਹ ਲੱਭ ਰਿਹਾ ਇਟ ਵਾਸ ਐਟ ਥਿਸ ਪੁਆਇੰਟ ਥੈਟ ਗੋਡਰਸ ਵੀ ਲਰਨਡ ਥੈਟ ਹੀ ਹੈਡ ਬੀਨ ਵੀ ਫੂਲਡ ਐਂਡ ਹੀ ਵਾਸ ਪੂਅਰ ਜੱਜ ਆਫ ਦਾ ਪੀਪਲ ਤਾਂ ਇਸ ਚੀਜ਼ ਤੇ ਜਿਹੜੇ ਕਿ ਗਾਡਰਸ ਵੀ ਨੂੰ ਪਤਾ ਲੱਗਦਾ ਕਿ ਉਹ ਉਹ ਨੂੰ ਜਿਹੜੇ ਕਿ ਬੇਵਕੂਫ ਬਣਾ ਗਿਆ ਵੀ ਫੁੱਲਟ ਹੋ ਗਿਆ ਮਤਲਬ ਕਿ ਬੇਵਕੂਫ ਬਣਾ ਗਿਆ ਉਹ ਜਿਹੜਾ ਕਿ ਨੌਜਵਾਨ ਸੀ ਤੇ ਉਹ ਜਿਹੜਾ ਕਿ ਲੋਕਾਂ ਦੇ ਵਿੱਚ ਉਹਨਾਂ ਨੂੰ ਪਰਖਾਂ ਦੇ ਵਿੱਚ ਗਾਡਰਸ ਵੀ ਮਹਿਸੂਸ ਕਰਦਾ ਸੀ ਕਿ ਉਹ ਲੋਕਾਂ ਨੂੰ ਪਰਖਾਂ ਦੇ ਵਿੱਚ ਪੂਰਾ ਕਾਮਯਾਬਾ ਬਟ ਉਹ ਸੋਚਦਾ ਕਿ ਉਹ ਜਿਹੜੇ ਕਿ ਟੂਰ ਜਜਮੈਂਟ ਉਹਦੀ ਸਹੀ ਜਜਮੈਂਟ ਨਹੀਂ ਹੈ ਲੋਕਾਂ ਨੂੰ ਪਹਿਚਾਨਣ ਦੇ ਲਈ ਥੈਂਕਸ